ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ। ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ A1 turban trending center ਦੇ ਅਫੀਸ਼ੀਅਲ YouTube ਚੈਨਲ ਦੇ ਵਿੱਚ। ਜਿਹੜਾ ਕਿ YouTube ਦਾ ਪਹਿਲਾ ਵੈਰੀਫਾਈਡ ਦਸਤਾਰ ਸਿਖਲੇ ਚੱਲ ਰਿਹਾ ਹੈ ਐਂਡ ਜਿੱਥੇ ਤੁਸੀਂ ਦਸਤਾਰਾਂ ਦੀ ਆਪਣੀ ਮਨਪਸੰਦ ਦੀਆਂ ਵੀਡੀਓਜ਼ ਦੇਖ ਕੇ ਆਪਣੀ ਦਸਤਾਰ ਦੇ ਵਿੱਚ ਸੁਧਾਰ ਕਰਦੇ ਰਹਿੰਦੇ ਹੋ। ਟਾਈਮ ਜ਼ਿਆਦਾ ਨਾ ਕਰਦੇ ਹੋਇਆ ਅੱਜ ਅਸੀਂ ਪੱਗ ਬੰਨਣ ਜਾ ਰਹੇ ਹਾਂ ਜਿਹੜੀ ਕਿ 7.5 ਮੀਟਰ ਦੀ ਹੈ ਐਂਡ ਮੈਂ ਪਟਿਆਲਾ ਸ਼ੇਪ ਆ ਕੇ ਪਿਓਰਲੀ ਬਣਾਵਾਂਗਾ ਇਸ ਵੀਰ ਨੂੰ ਬੰਨਾਂਗੇ ਆਪਾਂ ਨੂੰ। ਠੀਕ ਹੈ ਜੀ। ਤੇ ਵੀਰ ਨੂੰ ਬੰਨਾਂਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਪੱਗ ਦੀ ਪੂ ਜਿਵੇਂ ਕਿ ਪਗੜੀ ਡ ਕੱਚੀ ਦਾ ਆ ਰਿਹਾ ਉਹ ਹੋਣੀ ਚਾਹੀਦੀ ਹਮੇਸ਼ਾ ਕੰਵੇ ਪਾਸੇ ਠੀਕ ਹੈ ਜੀ ਆ ਜਿਹੜਾ ਸਿਉਣ ਵਾਲਾ ਪਾਸਾ ਹੈ ਹਮੇਸ਼ਾ ਕੰਵੇ ਪਾਸੇ ਹੋਣਾ ਚਾਹੀਦਾ ਹੈ ਤੇ ਜੇ ਤੁਸੀਂ ਇਹਨੂੰ ਖਿੱਚ ਕੇ ਲੈ ਕੇ ਆਓਗੇ ਹਾਂ ਜੀ ਹੁਣ ਜੇ ਦੇਖੋ ਜਸੀਂ ਸਿਉਣ ਉਧਰਲੇ ਪਾਸੇ ਸੀ ਪਹਿਲਾਂ ਲੈਫਟ ਹੈਂਡ ਸਾਈਡ ਤੇ ਤੇ ਇਹਦੇਲੇ ਪਾਸੇ ਜਦੋਂ ਅਸੀਂ ਰਾਈਟ ਸਾਈਡ ਤੇ ਆ ਗਏ ਆ ਇਹ ਦੇਖੋ ਇਹਦੇ ਰਾਈਟ ਸਾਈਡ ਤੇ ਆ ਗਈ ਸਿਉਣ ਜਿਹੜੀ ਆ ਇਹ ਮੇਸ਼ੇ ਯਾਦ ਰੱਖੋ ਕਿ ਜਦੋਂ ਤੁਸੀਂ ਖੁਦ ਪੂਣੀ ਕਰਨੀ ਆ ਤਾਂ ਜਿਹੜੀ ਸੋਨ ਵਾਲਾ ਪਾਸਾ ਹੈ ਉਹ ਤੁਹਾਡੇ ਹੱਥ ਵਿੱਚ ਰਾਈਟ ਸਾਈਡ ਤੇ ਹੋਣਾ ਚਾਹੀਦਾ ਗੱਠ ਬੰਨਣ ਵਾਲੇ ਲੈਫਟ ਸਾਈਡ ਤੇ ਹੱਥ ਵਿੱਚ ਤੁਹਾਡੇ ਰਾਈਟ ਸਾਈਡ ਤੇ ਹੋਣਾ ਚਾਹੀਦਾ ਹੁਣ ਜਿਵੇਂ ਲੰਬਾ ਪਾਸਾ ਜਿਹੜਾ ਆ ਕਹ ਲਓ ਕਿ ਜਿਵੇਂ ਸੈਂਟਰ 'ਚ ਜਿਹੜੇ ਕਾਰਨ ਲੰਮਕਦੇ ਪੈਂਦੇ ਦੋ ਕਾਰਨ ਨੇ ਠੀਕ ਹੈ ਜੀ ਠੀਕ ਹੈ ਜੀ ਇੱਕ ਲੈਫਟ ਸਾਈਡ ਵਾਲਾ ਹੁੰਦਾ ਆ ਜਿਹੜਾ ਦੂਰ ਹੁੰਦਾ ਜਿਵੇਂ ਮੇਰੇ ਤੋਂ ਦੂਰ ਜਿਹੜਾ ਇਹ ਕਾਰਨ ਆ ਲੈਫਟ ਵਾਲਾ ਮੇਰੇ ਤੋਂ ਜਿਹੜਾ ਦੂਰ ਆ ਆ ਵਾਲਾ ਕਾਰਨ ਆ ਲੈਫਟ ਵਾਲਾ ਸੋ ਅਸੀਂ ਪਹਿਲਾਂ ਲੈਫਟ ਵਾਲਾ ਪਾਉਣਾ ਹੁੰਦਾ ਤੁਸੀਂ ਵੀ ਪਹਿਲਾਂ ਲੈਫਟ ਵਾਲਾ ਹੀ ਪਾਉਣਾ ਹੈ ਤੇ ਦੈਨ ਅਸੀਂ ਰਾਈਟ ਵਾਲਾ ਪਾਵਾਂ ਦੈਨ ਹਲਕਾ ਲਿਆ ਫੋਲਡ ਕਰਦੇ ਹੋਇਆ ਪਿੱਛੇ ਤੱਕ ਕਰਨਾ ਸੀ ਬਿਲਕੁਲ ਕਾਰਨਰ ਤੱਕ ਜਦੋਂ ਅਸੀਂ ਪੂਣੀ ਕਰ ਲੈਂਦੇ ਆ ਪ੍ਰੋਪਰਲੀ ਤਾਂ ਉਸ ਤੋਂ ਬਾਅਦ ਇਹਨੂੰ ਖਿੱਚਣਾ ਹੁੰਦਾ ਤੇ ਇੱਕ ਵਾਰੀ ਸ਼ੇਕ ਵੀ ਕਰਨਾ ਹੁੰਦਾ ਸ਼ੇਕ ਕਰਨ ਦੇ ਨਾਲ ਸ਼ੇਕ ਕਰਨ ਦੇ ਨਾਲ ਕੀ ਹੋਊਗਾ ਕਿ ਸਾਰੀ ਪੱਗ ਦਾ ਜਿਹੜਾ ਮਟੀਰੀਅਲ ਹੈ ਉਹ ਸੈਂਟਰ 'ਚ ਥੱਲੇ ਜਿਹੜਾ ਲੰਕ ਜਾਂਦਾ ਤੇ ਅੰਦਰ ਇਕੱਠਾ ਹੋ ਜਾਂਦਾ ਤੇ ਮਤਲਬ ਕਿ ਜਿਹੜੀ ਪੂਣੀ ਆ ਉਹ ਆਪਣਾ ਵਧੀਆ ਤਰੀਕੇ ਨਾਲ ਬੈਲੈਂਸ ਚ ਆ ਜਾਂਦੀ ਆ ਉਸ ਤੋਂ ਬਾਅਦ ਅਸੀਂ ਜਿੱਧਰ ਅਸੀਂ ਖੜੇ ਆ ਜਿੱਧਰ ਮੈਂ ਰਾਈਟ ਸਾਈਡ ਤੇ ਖੜਾ ਹਾਂ ਇਧਰ ਇੱਕ ਕਿਨਾਰਾ ਫੜਾਂਗੇ ਵਿਚਕਾਰ ਕੁਝ ਨਹੀਂ ਫੜਨਾ ਦੂਜੀ ਸਾਈਡ ਉਧਰ ਫੜਾਂਗੇ ਆਪੋਜ਼ ਇਨੂੰ ਸ਼ੇਕ ਕਰਨਾ ਜ਼ਰੂਰੀ ਆ। ਇਹਦੇ ਦੋ ਕਿਨਾਰੇ ਇਸ ਤਰੀਕੇ ਨਾਲ ਫੜਨੇ ਆ ਜਿਵੇਂ ਨਦੀ ਦੇ ਕਿਨਾਰੇ ਪਾਣੀ ਨੂੰ ਕੰਟਰੋਲ ਕਰਦੇ ਆ ਉਸ ਤਰੀਕੇ ਨਾਲ ਇਹ ਦੋਨੋਂ ਕਿਨਾਰੇ ਪੱਗ ਦੇ ਮਟੀਰੀਅਲ ਨੂੰ ਸੈਂਟਰ 'ਚ ਕੰਟਰੋਲ ਕਰਕੇ ਰੱਖਣਗੇ। ਚੌੜਾਈ ਇਹਦੀ 4 ਗੁਣਾ ਹੋਣੀ ਚਾਹੀਦੀ ਆ ਤੇ ਹੁਣ ਅਸੀਂ ਜ਼ਿਕਜ਼ੈਕ ਕਰਾਂਗੇ, ਪੁੱਠਾ ਸਿੱਧਾ ਤੈਅ ਕਰਾਂਗੇ, ਆਜੋ। ਇੱਕ ਤਾਰ ਆ ਜਾ ਰਹੀ ਏ, ਇਹਨੂੰ ਫੜਾਂਗੇ, ਦੂਜੀ ਤਾਰ ਇਧਰ ਜਾ ਰਹੀ ਏ, ਇਹਨੂੰ ਫੜਾਂਗੇ। ਆਜੋ। ਅਗੇਨ ਦੇਖੋ। ਇੱਕ ਤਾਰ ਜਾ ਰਹੀ ਏ ਇਧਰ ਨੂੰ। ਦੂਜੀ ਤਾਰ ਉਹਦੇ ਆਪੋਜ਼ਿਟ। ਸੇਮ ਦੇਖੋ ਦੁਬਾਰਾ, ਆਹ ਲਾਈਨ ਜਾ ਰਹੀ ਆ। ਛੇ ਕਰਨਾ ਬਹੁਤ ਜ਼ਰੂਰੀ ਹੈ। ਲਓ ਜੀ। 7.5 ਮੀਟਰ ਪੱਗ ਦਾ ਅਸੀਂ ਆਪਣੇ ਦੰਦਾਂ ਤੋਂ ਇੱਕ ਉਂਗਲ ਬਾਹਰ ਰੱਖਣਾ ਹੁੰਦਾ ਹੈ। ਠੀਕ ਹੈ ਜੀ? ਇੱਕ ਉਂਗਲਾ ਦੇਖੋ ਇੱਥੋਂ ਲੈ ਕੇ ਇੱਥੋਂ ਤੱਕ ਇੱਕ ਉਂਗਲ ਬਾਹਰ ਹੈ ਫਰਲ ਨੂੰ। ਇਹ ਐਕਚੁਅਲੀ ਦਸਤਾਰ ਪੂਰੀ ਆਏਗੀ। ਐਂਡ ਇਹਦਾ ਸਟਾਰ A1 ਟ੍ਰੈਂਪਲਰ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਤੇ ਇਹ ਰੰਗ ਜਿਹੜਾ ਹੈਗਾ ਆ ਇਹ येलो ਕਲਰ ਆ ਜਸਟ ਯੈਲੋ ਕਲਰ ਤੇ ਇਹ ਤੁਸੀਂ ਸਾਡੀ ਵੈਬਸਾਈਟ shaahipakhtarban.com ਤੋਂ ਆਰਡਰ ਕਰ ਸਕਦੇ ਹੋ ਜਿਹੜਾ ਕਿ ਫੁੱਲ ਵਾਲ ਦਾ ਕਪੜਾ ਹੁੰਦਾ ਐਂਡ ਫੁੱਲ ਵਾਲ ਵਿੱਚ ਕਈ ਵੈਰਾਈਟੀਆਂ ਹੁੰਦੀਆਂ ਨੇ ਸੋ ਸਾਡੇ ਕੋਲ ਇੱਕ ਵਾਰੀ ਪਾਗ ਮੰਗਵਾ ਕੇ ਦੇਖੋ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਕਿ ਕੀ ਵੈਰਾਈਟੀ ਦਾ ਫਰਕ ਹੁੰਦਾ ਸੋ ਅੱਗੇ ਚੱਲਦੇ ਆਪਾਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਅਸੀਂ ਪੱਲਾ ਲਾਉਣਾ ਹੈ ਏ ਵੀਰ ਦੀ ਰਾਈਟ ਸਾਈਡ ਇੱਧਰ ਆ ਠੀਕ ਹੈ ਸੱਜੇ ਪਾਸੇ ਆ ਰਾਈਟ ਸਾਈਡ ਤੇ ਆ ਲੈਫਟ ਸਾਈਡ ਆ ਤੁਹਾਡੀ ਰਾਈਟ ਸਾਈਡ ਆਪੋਜ਼ਿਟ ਹੋਏਗੀ ਹਮੇਸ਼ਾ ਯਾਦ ਰੱਖਿਓ ਸੋ ਇਹ ਵੀਰ ਦੇ ਜਿਹੜੀ ਅਸੀਂ ਦਸਤਾਰ ਬੰਨਣ ਜਾ ਰਿਹਾ ਇਹਨਾਂ ਦੀ ਰਾਈਟ ਸਾਈਡ ਆ ਆ ਤੇ ਤੁਹਾਡਾ ਸੱਜਾ ਪਾਸਾ ਆਪੋਜ਼ਿਟ ਹੋਏਗਾ ਅਸੀਂ ਖੁੱਲੀ ਸਾਈਡ ਜਿਹੜੀ ਆ ਉਹ ਸੱਜੇ ਪਾਸੇ ਰੱਖਣੀ ਹੈ ਐਂਡ ਉਹਨਾਂ ਨੂੰ ਡਬਲ ਕਰ ਦੇਣਾ ਠੀਕ ਹੈ ਦੁਹਰਾ ਕਰਨਾ ਬਹੁਤ ਜ਼ਰੂਰੀ ਹੈ ਐਂਡ ਹੁਣ ਇਹਨੂੰ ਅਸੀਂ ਆਪਣੀ ਅੱਧੀ ਅੱਖ ਅੱਧੀ ਗੱਲ ਦੇ 간 ਤੇ ਲਾਉਣਾ ਤੁਸੀਂ ਦੇਖ ਸਕਦੇ ਹੋ ਕਿ ਖਿਚਾਅ ਮੈਂ ਜ਼ਿਆਦਾ ਬਿਲਕੁਲ ਨਹੀਂ ਦਿੱਤਾ ਐਂਡ ਤੁਸੀਂ ਵੀ ਨਹੀਂ ਦੇਣਾ ਕਿਚਾ ਦੀ ਲੋੜ ਬਿਲਕੁਲ ਵੀ ਨਹੀਂ ਹੁੰਦੀ ਇਹ ਸਾਡਾ ਭਲੇਖਾ ਹੁੰਦਾ ਹੈ ਕਿ ਪੱਗ ਨੂੰ ਖਿੱਚ ਕੇ ਮੰਨ ਦੀ ਲੋੜਾ ਜਸਟ ਉਹਦਾ ਐਂਗਲ ਸਹੀ ਰੱਖੋ ਜਿਵੇਂ ਅਸੀਂ ਅੱਦੇ ਸੈਂਟਰ ਚੋਂ ਤੇ ਮੱਥੇ ਦੀ ਸਾਈਡ ਤੋਂ ਅੱਧੀ ਅੱਖ ਦੀ ਅੱਧੀ ਕੰਤਿਆ ਆ ਰਿਹਾ ਜਿਵੇਂ ਇਹ ਟੇਡਾ ਪੱਲਾ ਲੱਗੇ ਨਾ ਇਹ ਬਾਅਦ ਵਿੱਚ ਪੂਰੇ ਸੈਂਟਰ 'ਚ ਆ ਜਾਏਗਾ ਠੀਕ ਹੈ ਜੀ ਇਹ ਟੇਡਾ ਲਾਉਣਾ ਜ਼ਰੂਰੀ ਹੈ ਕਿਉਂਕਿ ਪੱਗ ਦੇ ਵਿੱਚ ਇੱਕ ਮੋਸ਼ਨ ਹੁੰਦਾ ਹੈ ਕਿ ਪੱਗ ਨਾਲ ਹਲਕੀ ਕੀ ਮੂਵ ਕਰਦੀ ਕਰਦੀ ਆਪਣੇ ਲੈਫਟ ਸਾਈਡ ਦੇ ਜਲਦੀ ਨਹੀਂ ਕਿਉਂਕਿ ਮੈਂ ਜੋ ਰੱਖੋ ਇਧਰ ਨੂੰ ਲਾ ਆ ਰਿਹਾ ਨਾ ਤੇ ਦਸਤਾਰ ਜਿਹੜੀ ਆਪਣੇ ਵੱਧ ਨੂੰ ਘੁਮੇਗੀ ਹਲਕੀ ਕੀ ਸਲਿੱਪ ਹੋਦੀ ਜਾਂਦੀ ਹੈ ਸੋ ਟੌਪ ਚ ਲਾਵਾਂਗੇ ਐਂਡ ਪਿੰਚ ਕਰਾਂਗੇ ਪਿੰਚ ਕਰਨ ਦਾ ਤਰੀਕਾ ਦੇਖੋ ਸੀ ਬਣਾ ਕੇ ਉਹ ਬਣਾਉਣਾ ਐਂਡ ਚਾਰੇ ਉਂਗਲਾਂ ਯੂਜ਼ ਕਰਨੀਆਂ ਯਾਦ ਰੱਖੋ ਚਾਰੇ ਹੀ ਉਂਗਲਾਂ ਯੂਜ਼ ਕਰਨੀਆਂ ਨੇ ਜੇ ਚਾਰੇ ਉਂਗਲਾਂ ਤੁਸੀਂ ਯੂਜ਼ ਨਹੀਂ ਕਰ ਪਾਉਂਦੇ ਕਈ ਵਾਰੀ ਮੇਰੇ ਵੀਰ ਜਿਹੜੇ ਹੈਗੇ ਨੇ ਉਹ ਮਤਲਬ ਕਿ ਪੁਰਾਣੇ ਪੱਗ ਜਿਹੜੀ ਤੁਸੀਂ ਬੰਨਦੇ ਉਸ ਸਟਾਈਲ ਦੇ ਹਿਸਾਬ ਨਾਲ ਤੇ ਹੱਥ ਉਸ ਹਿਸਾਬ ਨਾਲ ਨਹੀਂ ਚੱਲਦਾ ਤੁਸੀਂ ਦੋ ਜਾਂ ਤਿੰਨ ਉਂਗਲਾਂ ਵੀ ਯੂਜ਼ ਕਰ ਸਕਦੇ ਹੋ ਆਪਣੇ ਕੰਫਰਟ ਦੇ ਹਿਸਾਬ ਨਾਲ ਠੀਕ ਹੈ ਜੀ ਅੱਗੇ ਚੱਲਾਂਗੇ ਤੁਸੀਂ ਅੱਜਕੱਲ ਜਿਵੇਂ ਦੇਖਦੇ ਹੋ ਨਾ ਕਿ ਪੱਲੇ ਜਿਹੜੇ ਨੇ ਇੱਥੇ ਇਦਾਂ ਬਲੇਡ ਵਾਂਗੂ ਤਿੱਖੇ ਜਿਹੇ ਹੁੰਦੇ ਆ ਪੱਲੇ ਠੀਕ ਹੈ ਨਾ ਫੋਟੋਮ ਵਗੈਰਾ ਦੇ ਵਿੱਚ ਜਿਹੜੇ ਅੱਜਕੱਲ ਬੜੀਆ ਸੋਹਣੇ ਮੁੰਡੇ ਜਿਹੜੇ ਪੱਗਾਂ ਬੰਨਦੇ ਨੇ ਉਹ ਇਸ ਤਰੀਕੇ ਨਾਲ ਪੱਲਾ ਹੀ ਬਣਦਾ ਪਹਿਲਾਂ ਇਹ ਹਲਕਾ ਜਿਹਾ ਡਬਲ ਹੋਊਗਾ ਮੋਟਾ ਹੋਊਗਾ ਤਾਂ ਹੀ ਇਹ ਜਿਹੜਾ ਜਿਹੜਾ ਪੱਲਾ ਹੈ ਨਾ ਬਲੇਡ ਵਰਗਾ ਇਦਾਂ ਤਿੱਖਾ ਕਰ ਸਕਦੇ ਆ ਅਸੀਂ ਸੋ ਇਹਦੀ ਜਿਹੜੀ ਮੋਟਾਈ ਆ ਉਹ ਜ਼ਰੂਰੀ ਆ ਚਲੋ ਅੱਗੇ ਚੱਲਦੇ ਆ ਆ ਦੇਖੋ ਜੇ ਤਾਂ ਪੱਲਾ ਜਿਹੜਾ ਸੈੱਟ ਕਿੱਦਾਂ ਕਰਨਾ ਹੈ ਧਿਆਨ ਨਾਲ ਦੇਖੋ ਆ ਦੇਖੋ ਪਸਤੀ ਸਾਈਡ ਥ ਜੀਵੇਂ ਰਾਈਟ ਤੋਂ ਪਹਿਲਾ ਪੱਲਾ ਅਸੀਂ ਟੌਪ ਤੇ ਲਾਇਆ ਇਹਨੇ ਵੀ ਦੀ ਰਾਈਟ ਸਾਈਡ ਤੇ ਠੀਕ ਹੈ ਨਾ ਤੇ ਕੰਤ ਉੱਚਾ ਲੱਗਿਆ ਇਹਦੇ ਨਾਲ ਜਸਟ ਇੱਕ ਉਂਗਲ ਦਾ ギャਪ ਦੇ ਕੇ ਲਗਾਵਾਂਗੇ ਪੱਲਾ ਇਹ ਜਿਆਦਾ ギャਪ ਬਿਲਕੁਲ ਨਹੀਂ ਦੇਣਾ ਉਪਰੋਂ ਸੈੱਟ ਕਰ ਲਿਆ ਥੱਲੇ ਹਲਕਾ ਖਿੱਚ ਲਿਆ ਐਂ ਕੱਲਾ ਕੰਨ ਕਵਰ ਕਰਨਾ ਆਈਬ੍ਰੋਜ਼ ਦੇ ਨੇੜੇ ਬਿਲਕੁਲ ਨਹੀਂ ਲੈ ਕੇ ਆਉਣਾ ਐਂ ਪਿੰਚ ਕਰਾਂਗੇ ਚਾਰ ਉਂਗਲਾਂ ਨਾਲ ਤੁਸੀਂ ਨੋਟਿਸ ਕੀਤਾ ਹੋਣਾ ਹੈ ਕਿ ਕਈ ਮੇਰੇ ਵੀ ਜਿਹੜੇ ਪੱਲਾ ਫੜ ਕੇ ਐਦਾਂ ਘਮਾਉਂਦੇ ਨੇ ਠੀਕ ਹੈ ਜੀ ਇਹ ਵਾਲਾ ਅੰਗੂਠਾ ਲਾਉਣ ਦੇ ਵਿੱਚ ਤੇ ਇਹ ਸਿੰਪਲ ਪਿੰਚ ਦੇ ਵਿੱਚ ਬਹੁਤ ਫਰਕ ਆ। ਠੀਕ ਹੈ ਜੀ? ਇਸ ਪਿੰਚ ਦੇ ਵਿੱਚ ਬਹੁਤ ਫਰਕ ਆ। ਠੀਕ ਹੈ ਸੋ ਇਸ ਕਰਕੇ ਤੁਸੀਂ ਧਿਆਨ ਦੇਣਾ ਹੈ ਕਿ ਜਿਹੜਾ ਪਿੰਚ ਆ ਉਹ ਕਿੱਦਾਂ ਲਾਉਣਾ ਹੈ ਹੱਥ ਦੀ ਪੋਜੀਸ਼ਨ ਦੇਖੋ ਲੈਫਟ ਦੀ ਵੀ ਦੇਖੋ ਖੱਬੇ ਆਧੇ ਵੀ ਠੀਕ ਹੈ ਤੇ ਰਾਈਟ ਹੈਂਡ ਦੀ ਵੀ ਦੁਬਾਰਾ ਦੇਖੋ ਪਿੰਚ ਇੱਕ ਵਾਰੀ ਪਿੰਚ ਲਾ ਕੇ ਸਾਫ਼ ਕਰਕੇ ਪੱਲੇ ਨੂੰ ਦੂਜੀ ਵਾਰੀ ਫੇਲਣਾ ਹੈ। ਠੀਕ ਹੈ ਜੀ? ਹਲਕਾ ਪੱਲਾ ਚੱਕ ਕੇ ਦਬਾ ਕੇ ਰੱਖ ਦੇਣਾ ਬਸ ਇਹ ਪਿੰਚ ਆਪਣੇ ਆਪ ਸਹੀ ਹੋ ਜਾਏਗਾ। ਅਗਲਾ ਪੱਲਾ ਲਾਵਾਂਗੇ ਛੋੜਾ ਕਰਕੇ। ਇਹ ਗੱਲ ਦਾ ਮੈਂ ਸਾਰਾ ਧਿਆਨ ਰੱਖੋ ਕਿ ਜਿੰਨੇ ਪੱਲੇ ਲਾਉਣੇ ਆ ਸਾਰੇ 4 ਉਂਗਲਾਂ ਚੜਾਈ ਚ ਲੱਗਣਗੇ ਅੰਦਰਲੇ ਪਾਸੇ 4 ਉਂਗਲਾਂ ਚੜਾਈ ਹੋएगी ਚਾਹੇ ਬਾਹਰ ਤੁਸੀਂ ਡੇਢ ਉਂਗਲ ਦਿਖਾਓ ਚਾਹੇ 1 ਉਂਗਲ ਦਿਖਾਓ ਤੁਹਾਡੀ ਮਰਜ਼ੀ ਹੈ ਅੰਦਰੋਂ 4 ਉਂਗਲਾਂ ਕਿਉਂ ਹੋਣੀਆਂ ਛੇ ਦੇ ਪੱਲੇ ਰੀਜ਼ਨ ਕੀ ਉਹਦਾ ਕਿਉਂਕਿ ਜਿੰਨੇ ਵੀ ਪੱਲੇ ਲਾਉਣੇ ਆ ਸੀ ਸਪੋਜ਼ ਕਰੋ ਜਿਹੜਾ ਪਹਿਲਾ ਪੱਲਾ ਲਾਇਆ ਸੀ ਉਹ 4 ਉਂਗਲਾਂ ਛੋੜਾ ਸੀ ਐਂਡ ਦੂਜਾ ਪੱਲਾ ਉਹਦੇ ਉੱਪਰ ਟਿਕਿਆ ਹੈ ਉਹ ਕਿਉਂ ਠੀਕ ਆ ਕਿਉਂਕਿ ਇਹ ਪੱਲੇ ਚੜਾਈ ਪੂਰੀ ਸਹੀ ਸੀ ਐਂਡ ਇਹਦੇ ਉੱਪਰ ਜਿਹੜਾ ਅਸੀਂ ਤੀਜਾ ਪੱਲਾ ਲਾਇਆ ਉਹ ਕਿਉਂ ਠੀਕ ਗਿਆ ਕਿਉਂਕਿ ਦੂਜਾ ਪੱਲਾ ਛੋੜਾ ਸੀ ਹੁਣ ਤੀਜਾ ਪੱਲਾ ਛੋੜਾ ਕੀਤਾ ਕਿ ਤਾਂ ਕਿ ਆਪਣਾ ਜਿਹੜਾ ਚੌਥਾ ਲੜੜਾ ਉਹ ਬਿਲਕੁਲ ਸਹੀ ਤਰੀਕੇ ਨਾਲ ਜਾਈ ਹੁਣ ਚੌਥੇ ਲੜੜੀਆਂ ਜਿਹੜੀਆਂ ਦੋ ਖਾਸਿਤਾ ਨੇ ਉਹ ਯਾਦ ਰੱਖਿਓ ਕਿਹੜੀਆਂ ਨੇ ਧਿਆਨ ਨਾਲ ਸੁਣੋ ਪੈਂਚ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਨਾ ਹੈ ਖਾਸਿਤਾ ਦੱਸਣ ਤੋਂ ਪਹਿਲਾਂ ਦੱਸ ਦਨਾ ਹੈ ਇੱਕ ਚੀਜ਼ ਨਵੀਂ ਆ ਹੈ ਤਾਂ ਪੁਰਾਣੀ ਆ ਪਰ ਇਹਨੂੰ ਨਵੀਂ ਮੰਨ ਸਕਦੇ ਆ ਤੁਹਾਡੇ ਲਈ ਉਹ ਕੀ ਹੈ ਜਦੋਂ ਅਸੀਂ ਪੂਣੀ ਕੀਤੀ ਸੀ ਜਿਹੜਾ ਸਿਉਣ ਵਾਲਾ ਪਾਸਾ ਤੁਹਾਨੂੰ ਮੈਂ ਦੱਸਿਆ ਸੀ ਨਾ ਰਾਈਟ ਸਾਈਡ ਤੇ ਰੱਖਣਾ ਐ ਐਂ ਜਿਹੜਾ ਕਾਰਨਰ ਮੇਰੇ ਹੱਥ ਵਿੱਚ ਸੀ ਉਸ ਜਗ੍ਹਾ ਤੋਂ ਅਸੀਂ ਪਹਿਲਾ ਪੱਲਾ ਫੜਾਇਆ ਵੀਰ ਨੂੰ ਐਂ ਉਹਦੇ ਨਾਲ ਕੀ ਹੁੰਦਾ ਹੈ ਜਦੋਂ ਤੁਸੀਂ ਪੱਲੇ ਲਾਓਗੇ ਦਸਤਾਰ ਦੇ ਤੁਹਾਡੀ ਦਸਤਾਰ ਦੇ ਵਿੱਚ ਕਿਸੇ ਵੀ ਪਾਸੇ ਸਟੀਚਿੰਗ ਨਹੀਂ ਆਏਗੀ ਕਿਸੇ ਵੀ ਪੱਲੇ ਦੇ ਵਿੱਚ ਸਿਉਣ ਨਹੀਂ ਆਏਗੀ ਨਾ ਇਧਰਲੇ ਪਾਸੇ ਆਏਗੀ ਤੇ ਨਾ ਹੀ ਉੱਪਰਲੇ ਪਾਸੇ ਆਏਗੀ ਥੱਲੇ ਕਰਨਾ ਵੀਰ ਵੀ ਨਾ ਹੀ ਉੱਪਰਲੇ ਪਾਸੇ ਆਏਗੀ ਤੇ ਨਾ ਹੀ ਲੈਫਟ ਸਾਈਡ ਤੇ ਆਏਗੀ ਠੀਕ ਹੈ ਜੀ ਸੋ ਆਪਾਂ ਚੱਲਦੇ ਹਾਂ ਚੌਥੇ ਲੜ ਦੇ ਵੱਲ ਚੌਥੇ ਲੜ ਦੇ ਵੱਲ ਚੱਲਣਾ ਆਪਾਂ ਤੇ ਚੌਥੜੀ ਦੀ ਖਾਸੀਅਤ ਪਹਿਲੀ ਕੀ ਆ ਪਹਿਲੀ ਗੱਲ ਤਾਂ ਇਹ ਨੋਜ਼ ਦੇ ਬਿਲਕੁਲ ਸੈਂਟਰ ਤੇ ਪਿੰਚ ਲਾਉਣਾ ਲਗਾ ਕੇ ਰੱਖ ਦੇਣਾ ਠੀਕ ਹੈ ਜੀ ਐਨ ਸੁਬਾਹ ਸਾਫ ਕਰਾਂਗੇ ਐਂ ਚੰਗੀ ਤਰ੍ਹਾਂ ਦੁਬਾਰਾ ਪਿੰਚ ਕਰਾਂਗੇ ਇਹ ਦੀ ਪਹਿਲੀ ਖਾਸੀਅਤ ਆ ਕਿ ਨੋਜ਼ ਦਾ ਸੈਂਟਰ ਬਣਾਉਣਾ ਹੈ ਇੱਥੋਂ ਸ਼ੁਰੂ ਕਰ ਦੇਣਾ ਸੀ ਐਂ ਦੂਜੀ ਖਾਸੀਅਤ ਕੀ ਆ ਕਿ ਇੱਥੋਂ ਜਿਹੜੀ ਵੀ ਪੱਗ ਅਸੀਂ ਬਣਾਂਗੇ ਚਾਹੇ ਮੋਵਰਨੀਆ ਚਾਹੇ ਪਟਿਆਲਾ ਸਹੀ ਆ ਇੱਥੋਂ ਜਿਹੜੀ ਸ਼ੇਪ ਜਿਹੜੀ ਬਣਾਉਣੀ ਸ਼ੁਰੂ ਕਰ ਦੇਣੀ ਆ ਐਂ ਬਣਨੀ ਸ਼ੁਰੂ ਹੋ ਵੀ ਜਾਵੇਗੀ ਆਪਣੇ ਆਪ ਕਿ ਤੁਸੀਂ ਲੜਾਣਾ ਗੈਪ ਜਿਹੜਾ ਆ ਉਸ ਤਰੀਕੇ ਨਾਲ ਹੀ ਰੱਖਿਆ ਜਿਵੇਂ ਪਟਿਆਲਾ ਚਹੀ ਹੁੰਦੀ ਹੈ ਸੋ ਇਹਦੇ ਵਿੱਚ ਹੁਣ ਦੇਖੋ ਹਲਕੇ ਜਿਹਾ ਸੈਮੀ ਪਟਿਆਲਾ ਚਹੀਆ ਟੱਚ ਆ ਚੁੱਕਾ ਹੈ इवन ਕਿ ਸੈਮੀ ਪਟਿਆਲਾ ਚਹੀਆ ਪਾ ਕੇ ਦੀ ਵੀਡੀਓ ਅਲੱਗ ਪਾਈ ਹੋਈ ਹੈ ਤੁਸੀਂ ਉਹ ਦੇਖ ਸਕਦੇ ਹੋ ਪਰ ਲਿੰਕ ਦੇ ਦਾਂਗੇ ਅਸੀਂ ਆ ਦੇਖੋ ਖੁੱਲੀ ਸਾਈਡ ਨੂੰ ਅਸੀਂ ਬਰੀਕ ਸਾਈਡ ਬਣਾਉਣ ਲਈ ਕੀ ਕਰਾਂਗੇ ਜਦੋਂ ਅਸੀਂ ਪੂਣੀ ਕਰਦੇ ਹਾਂ ਇਹ ਦੋਨੋਂ ਇਦਾਂ ਬਰਾਬਰ ਹੁੰਦੇ ਐ ਜੁਆਇਨ ਹੁੰਦੇ ਐ ਠੀਕ ਹੈ ਜੀ ਪਰ ਆਪਾਂ ਇਹਦੇ ਵਿੱਚ ਕੀ ਕਰਦੇ ਹਾਂ ਜਿਹੜਾ ਆਪਣਾ ਫੇਸ ਦੇ ਨਾਲ ਫਲਾ ਲੱਗਦਾ ਨਾ ਉਹਨੂੰ ਅੰਦਰ ਵਾਲੇ ਨੂੰ ਉੱਪਰ ਕਰ ਦਿੰਦਾ ਤੇ ਸਿਰਫ ਬਾਹਰ ਵਾਲੇ ਨੂੰ ਇਹਲਾ ਬਾਹਲਾ ਪਾਸਾ ਜਿਹੜ ਜਿਹੜਾ ਇੱਧਰਲੀ ਪਾਸੇ ਆਏਗਾ ਦਰਬਾਰ ਦਿਖੇਗਾ ਠੀਕ ਹੈ ਉਹਨੂੰ ਥੱਲੇ ਖਿੱਚ ਲਈਦਾ ਸੋ ਇਹ ਚੀਜ਼ਾਂ ਬੜੀ ਧਿਆਨ ਰੱਖਣ ਵਾਲੀਆਂ ਹੈਗੀਆਂ ਨੇ ਛੋਟੀ ਛੋਟੀਆਂ ਮਤਲਬ ਕਿ ਕਈ ਵਾਰੀ ਕਮੀਆਂ ਦੇ ਨਾਲ ਕਲੀਅਰ ਕਰਨ ਦੇ ਨਾਲ ਦਸਤਾਰ ਦੀ ਸ਼ੇਪ ਜਿਹੜੀ ਆ ਬਹੁਤ ਹੀ ਐਡਵਾਂਸ ਲੈਵਲ ਵਿੱਚ ਪਹੁੰਚ ਜਾਂਦੀ ਹੈ ਜਿਵੇਂ ਕਿ ਪਹਿਲਾਂ ਅਸੀਂ ਪੁਰਾਣੀ ਵੀਡੀਓ ਪਾਈ ਹੋਈ ਹੈ ਪਟਿਆਲਾ ਸ਼ਿਭਾ ਐਡਵਾਂਸ ਵਿਦ ਹੋਲ ਡੀਟੇ ਟਿਊਟੋਰੀਅਲ ਠੀਕ ਹੈ ਜੀ ਤੇ ਉਹ ਇਸਰਕੇ ਬਣਾਈ ਸੀ ਕਿਉਂਕਿ ਉਹਦੇ ਚ ਇੱਕ ਇੱਕ ਜਿਹੜੀ ਚੀਜ਼ ਆ ਪ੍ਰੋਪਰਲੀ ਦੱਸੀ ਹੋਈ ਆ ਬਾਕੀ ਚਲੋ ਕੋਸ਼ਿਸ਼ ਕਰਦੇ ਹੁੰਨੇ ਆ ਕਿ ਕੋਈ ਵੀ ਚੀਜ਼ ਦਾ ਲਕੋ ਨਾ ਹੋਵੇ ਤੁਹਾਡੇ ਤੋਂ ਬਿਲਕੁਲ ਨੋ ਦੇ ਸੈਂਟਰ ਤੇ ਲਾਵਾਂਗੇ ਜਿੱਥੇ ਅਸੀਂ ਚੌਥਾ ਪੱਲਾ ਲਾਇਆ ਸੀ ਐਂਡ ਚਾਰ ਉਹਨਾਂ ਦਾ ਪਿੰਚ ਲਾਵਾਂਗੇ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹਦਾ ਜਿਹੜਾ ਪਿੰਚ ਲਾ ਕੇ ਪੱਲੇ ਨੂੰ ਐਦਾਂ ਨਹੀਂ ਲਾਉਣਾ ਇਹ ਉੱਪਰ ਨੂੰ ਜਾਊਗਾ ਥੋੜਾ ਜਿਹਾ ਠੀਕ ਹੈ ਜੀ ਕਿਉਂਕਿ ਸਹੀ ਪਟਿਆਲਾ ਸ਼ੀ ਪੱਗ ਵੱਲ ਜਾਣਾ ਹੈ ਸੋ ਦੈਟ ਇਜ਼ ਵਾਈ ਉੱਪਰ ਨੂੰ ਜਾਣਾ ਹੈ ਹਾਂਜੀ ਹੁਣ ਛੇਵਾਂ ਪੱਲਾ ਆਪ ਜੀ ਦੇਖ ਰਹੇ ਹੋਣਾ ਕਿ ਵੀਰ ਜੀ ਦੀ ਜਿਹੜੀ ਦਸਤਾਰ ਜਿਹੜੀ ਕਾਫੀ ਅੱਖਾਂ ਤੇ ਹੈ ਟੇਢੀ ਵੀ ਹੈ ਬਹੁਤ ਕੁਛ ਹੈਗਾ ਦੇ ਵਿੱਚ ਕਿ ਜਿਹੜਾ ਅਸੀਂ ਕੰਪਲੀਟ ਕਰਨਾ ਆ ਸੋ ਇਹ ਇਹ ਜਿਹੜਾ ਖੀਲਾ ਬੱਲਾ ਜਿਹੜਾ ਲਾਵਾਂਗੇ ਨਾ 6ਵੇਂ ਪੱਲੇ ਤੋਂ ਬਾਅਦ ਵਾਲਾ ਜਿਹੜਾ ਕਲਗੀ ਵਾਲਾ ਲੜ ਜਿਹੜਾ ਉਸ ਤੋਂ ਪਹਿਲਾਂ ਇਹਨੂੰ ਸੈੱਟ ਕਰਾਂਗੇ ਉਹ ਕਿੱਦਾਂ ਕਰਾਂਗੇ ਉਹ ਵੀ ਦੱਸਾਂਗੇ ਹਾਂਜੀ ਮੋਟੀ ਸਾਈਡ ਉੱਪਰ ਪਤਲੀ ਸਾਈਡ ਥੱਲੇ ਟਾਪ ਤੇ ਲਾਇਆ ਆ ਹਾਂ ਪੱਲੇ ਨੂੰ ਇੱਥੇ ਟਾਪ ਤੇ ਮੋਟੀ ਸਾਈਡ ਉੱਪਰ ਪਤਲੀ ਸਾਈਡ ਥੱਲੇ ਖਿੱਚ ਕੇ ਰਾਮ ਨਾਲ ਖਿਚਣਾ ਹੈ ਬਹੁਤ ਜ਼ੋਰ ਦੀ ਨਹੀਂ ਖਿਚਣਾ ਐਂਡ ਹੁਣ ਅਸੀਂ ਛੇਮਾ ਪੱਲਾ ਲਾਵਾਂਗੇ ਰਾਈਟ ਸਾਈਡ ਦੇਖੇ ਵਾਲਾ ਕੱਜਾ ਸੀ ਬਣਾ ਕੇ ਦਵਾਇਆ ਐਸੇ ਥੇਮ ਦੇਖੋ ਕਿ ਜਿੱਥੇ ਆ ਕੇ ਕਪੜਾ ਘਟ ਗਿਆ ਉਥੇ ਉਂਗਲੀਆਂ ਜਿਹੜੀਆਂ ਘਟ ਗਿਆ ਨੇ ਪਿੰਚ ਲੋਣ ਵਾਲੀਆਂ ਕਿਉਂਕਿ ਕਪੜਾ ਇੱਥੇ ਬਰੀਕ ਰਾਇੰਦਾ ਛੇਮੇ ਲੜ ਤੇ ਸੋ ਦੈਟ ਇਜ਼ ਵਾਈ ਅਸੀਂ ਉਂਗਲੀਆਂ ਵੀ ਜਿਹੜੀਆਂ ਘਟ ਯੂਜ਼ ਕਰਾਂਗੇ ਐਣ ਸੇ ਆਗਣਾ ਇੱਕ ਕਈ ਵਾਰੀ ਡੈਂਟ ਜਾਂ ਪੈ ਜਾਂਦਾ ਹੁੰਦਾ ਹੈ ਇਹ ਜਿਹੜਾ ਜਿਵੇਂ ਆਹ ਦੇਖੋ ਇੱਥੇ ਕੋਸ਼ਿਸ਼ ਕਰਦਾਂ ਡੈਂਟ ਪੈਣ ਦੀ ਇਹ ਡੈਂਟ ਆਪਾਂ ਪੈਣ ਨਹੀਂ ਦੇਣਾ ਰੀਜ਼ਨ ਕੀ ਆ ਤਰੀਕਾ ਕੀ ਉਹਦਾ ਜਦੋਂ ਵੀ ਅਸੀਂ ਪੱਲੇ ਲਾਉਣੇ ਆ ਕੋਈ ਵੀ ਪੱਲਾ ਅਸੀਂ ਲਾਉਣਾ ਆ ਤਾਂ ਜਿਹੜਾ ਦਾ ਕਪੜਾ ਹੁੰਦਾ ਨਾ ਹਮੇਸ਼ਾ ਯਾਦ ਰੱਖੋ ਕਿ ਲੱਕੜ ਦਾ ਜਿਵੇਂ ਕੰਗਾ ਹੁੰਦਾ ਹੈ ਉਸ ਸ਼ੇਪ ਚ ਹੋਣਾ ਚਾਹੀਦਾ ਹੈ ਪੱਲਾ ਲੱਕੜ ਦੇ ਕੰਗੇ ਦੀ ਸ਼ੇਪ ਐਕਚੁਅਲੀ ਕੀ ਹੁੰਦੀ ਆ ਉਪਰੋਂ ਮੋਟਾ ਹੁੰਦਾ ਥੱਲੇ ਪਤਲਾ ਹੁੰਦਾ ਤੇ ਜਦੋਂ ਅਸੀਂ ਪੱਕ ਦਾ ਪੱਲਾ ਲਾਵਾਂਗੇ ਤਾਂ ਉਪਰੋਂ ਮੋਟਾ ਹੋਣਾ ਚਾਹੀਦਾ ਥੱਲੇ ਪਤਲਾ ਹੋਣਾ ਚਾਹੀਦਾ ਜਦੋਂ ਇੱਥੇ ਡੈਂਟ ਪਾਏਗਾ ਹਮੇਸ਼ਾ ਯਾਦ ਰੱਖਿਓ कि ਜਦੋਂ ਵੀ ਇੱਥੇ ਡੈਂਟ ਪਾਏਗਾ ਕਦੇ ਵੀ ਤਾਂ ਉਹਦੇ ਵਿੱਚ ਹਮੇਸ਼ਾ ਪੱਲੇ ਜਿਹੜੀ ਬਣਤਰ ਹੈ ਉਹ ਗਲਤ ਹੁੰਦੀ ਹੈ ਰੀਜ਼ਨ ਕੀ ਹੈ ਉੱਪਰ ਮੋਟਾ ਹੋ ਗਿਆ ਸੈਂਟਰ ਚ ਖਾਲੀ ਹੋ ਜਾਂਦਾ ਐਂਡ ਤੇ ਦੁਬਾਰਾ ਮੋਟਾ ਹੋ ਜਾਂਦਾ ਉਹਦੇ ਨਾਲ ਜਿਹੜਾ ਆਪਣੇ ਜਿਹੜੇ ਪੱਲੇ ਜਿਹੜੀ ਬਣਤਰ ਹੈ ਉਹਦਾ ਵੇਵ ਜੀ ਬਣ ਜਾਂਦੀ ਹੈ ਸੈਂਟਰ ਚ ਡੈਂਟ ਪਾਏ ਜਾਂਦਾ ਤਾਂ ਉਹ ਜਿਹੜਾ ਨਾਪ ਆਵੇ ਇਸ ਕਰਕੇ ਅਸੀਂ ਮੋਟੀ ਸੈਂਡਵਿਚਾਂ ਉੱਪਰ ਰੱਖਦੇ ਹਾਂ ਤੇ ਪੂਣੀ ਦਾ ਇਹਦੇ ਵਿੱਚ ਬੜਾ ਵੱਡਾ ਰੋਲ ਹੈ ਸੋ ਪੂਣੀ ਵੀ ਇੰਪਰੂਵ ਕਰਨੀ ਪੈਂਦੀ ਹੈ ਸੋ ਕਿ ਚੱਲਦੇ ਆਪਾਂ ਦਸਤਾਰ ਦੀ ਮਸਾਰੀ ਸ਼ੇਪ ਸੈੱਟ ਕਰਾਂਗੇ ਵੀਰੇ ਦੀਆਂ ਅੱਖਾਂ ਜਿਹੜੀਆਂ ਕੰਫਰਟੇਬਲ ਕਰਾਂਗੇ ਐਂਡ ਦਸਤਾਰ ਨੂੰ ਥੋੜੀ ਜੀ ਗੋਲ ਲੁੱਕ ਦਵਾਂਗੇ ਜਿਹਨੂੰ ਅਸੀਂ ਪੁਰਾਣੀ ਬੋਲੀ ਦੇ ਵਿੱਚ ਖਰਬੂਜਾ ਲੁੱਕ ਕਹਿੰਦੇ ਆ ਇਹ ਉੱਪਰਲੇ ਬਲੇ ਸੈੱਟ ਹੋ ਗਏ ਐਂਡ ਹੁਣ ਦੇਖੋ ਇਹ ਦਸਤਾਰ ਜਿਵੇਂ ਲੱਗਦੀ ਹਲਕੀ ਦੱਬੀ ਜੀ ਹੋਈ ਆ ਤੇ ਅੱਜ ਕੱਲ ਲੋਕੀ ਇਹੜੇ ਕਪੜਾ ਪਾਉਂਦੇ ਨੇ ਬੜਾ ਕੁਝ ਪਾਉਂਦੇ ਨੇ ਇਸ ਦੇ ਵਿੱਚ ਪਰ ਇਹਨੂੰ ਪਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ ਲਓ ਜੀ ਐਂਡ ਹੁਣ ਅਸੀਂ ਕੀ ਕਰਨਾ ਹੈ ਇਹਨੂੰ ਅਸੀਂ ਸੈਂਟਰ ਚ ਲੈ ਕੇ ਆਉਣਾ ਹੈ ਸੈਂਟਰ ਚ ਲੈ ਕੇ ਆਉਣ ਲਈ ਪਹਿਲਾਂ ਦੂਜਾ ਲੜ ਜਿਹੜਾ ਹੁੰਦਾ ਦੂਜਾ ਲੜ ਇਦਾਂ ਸੀ ਬਣਾ ਕੇ ਸਾਰੇ ਪੱਲੇ ਫੜ ਕੇ ਉੱਪਰ ਨੂੰ ਪੁਸ਼ ਕਰਨਾ ਹੈ ਤੇ ਇਹਦੇ ਨੇ ਟੋਵਾ ਪਾ ਲੈਣਾ ਇਹਦੇ 'ਚ ਟੋਵਾ ਬਹੁਤ ਜ਼ਰੂਰੀ ਹੈ 15 ਨੂੰ ਹੱਥ ਰੱਖਾਂਗੇ ਐਂਡ ਪੱਲਾ ਹਲਕਾ ਖਿੱਚ ਲੈਣਾ ਠੀਕ ਹੈ ਜੀ ਹੁਣ ਆਪਾਂ ਨੂੰ ਸੈਂਟਰ ਵੀ ਮਿਲ ਗਿਆ ਸ਼ੇਪ ਵੀ ਵਧੀਆ ਹੋ ਗਈ ਗੋਲ ਆਪਣੀ ਜਿਹੜੀ ਪਟਿਆਲਾ ਸੀ ਲੁੱਕ ਦੇ ਵਿੱਚ ਵੀ ਦਸਤਾਰ ਬਣ ਗਈ ਹੁਣ ਅਸੀਂ ਕੀ ਕਰਾਂਗੇ ਜਿੰਨੇ ਪੱਲੇ ਆ ਉਹਨਾਂ ਨੂੰ ਸਾਫ਼ ਕਰਾਂਗੇ ਛੇਵੇਂ ਪੱਲੇ ਤੋਂ ਸਲਾਈ ਜ਼ੀ ਉਸ ਕਰਨੀ ਸ਼ੁਰੂ ਕਰਨੀ ਹੈ ਇੱਕ ਗੱਲ ਹਮੇਸ਼ਾ ਧਿਆਨ ਰੱਖੋ ਸਲਾਈ ਵੀ ਉੱਥੇ ਕੰਮ ਆਏਗੀ ਜੇ ਤੁਹਾਡੇ ਪੱਲੇ ਜਿਹੜੇ ਆ ਪਹਿਲਾਂ ਸੈੱਟ ਕੀਤੇ ਹੋਣਗੇ ਠੀਕ ਹੈ ਜੀ ਮਤਲਬ ਜੇ ਦਸਤਾਰ ਦੇ ਜਿਹੜੇ ਪੱਲੇ ਨੇ ਪਹਿਲਾਂ ਸਾਫ਼ ਆਲਰੇਡੀ ਲਗਾਏ ਹੋਏ ਸੀ ਸੋ ਦੈਟ ਇਜ਼ ਵਾਈ ਜਿਹੜੀ ਸਲਾਈ ਆ ਇੱਕ ਹੈਲਪਰ ਆਏ ਠੀਕ ਹੈ ਜੀ ਇਹਨੇ ਬਸ ਉੱਥੇ ਕੰਮ ਕਰਨਾ ਜਿੱਥੇ ਤੁਹਾਡੀ ਉਂਗਲੀ ਨਹੀਂ ਜਾਂਦੀਆਂ ਠੀਕ ਹੈ ਜੀ ਜਿਵੇਂ ਆਪਣੇ ਮੁੰਮਲੇ ਜਿਹੜਾ ਸਾਈਜ਼ ਮੋਟਾ ਹੈ ਹੁਣ ਕਈ ਵਾਰੀ ਪੱਲੇ ਵਿੱਚ ਨਹੀਂ ਫਿੱਟ ਹੁੰਦੀਆਂ ਪਰ ਕਈ ਵਾਰੀ ਪ੍ਰੈਕਟਿਸ ਨਾਲ ਤੁਸੀਂ ਕਰ ਸਕਦੇ ਹੁੰਦੇ ਏਦਾਂ ਦਾ ਠੀਕ ਹੈ ਜੀ ਪਰ ਇਹ ਕਿ ਸਲਾਈ ਜਿਹੜੇ ਇੱਕ ਹੈਲਪਰ ਆ ਸੋ ਇਹਦੇ ਕਹਿੰਦੇ ਮਤਲਬ ਕਿ ਨੂੰ ਐਜ਼ ਅ ਹੈਲਪਰ ਹੀ ਮੰਨ ਕੇ ਚੱਲਣਾ ਇਹ ਨਹੀਂ ਸੋਚਣਾ ਕਿ ਦਸਤਾਰ ਜਿੱਦਾ ਮਰਜ਼ੀ ਬਨਨ ਤੇ ਬਾਅਦ ਚ ਅਸੀਂ ਸਲਾਈ ਇਹਨਾਂ ਸੈੱਟ ਕਰ ਲਾਂਗੇ ਠੀਕ ਹੈ ਜੀ ਉੱਪਰ ਦੀ ਸਾਈਡ ਤੋਂ ਪੱਲੇ ਸੈੱਟ ਕਰਾਂਗੇ ਹਲਕਲ ਕੇ ਅਕੀਲਾ ਪੱਲੇ ਦੇ ਵਿੱਚ ਕਾਫੀ ਮੇਰੇ ਵੀਰਾਂ ਨੂੰ ਪ੍ਰੋਬਲਮ ਆਉਂਦੀ ਹੈ ਜਿਵੇਂ ਕਿ ਇਹ ਡਿਮਾਂਡ ਵੀ ਹੈਗੀ ਸਾਡੇ ਕਮੈਂਟਸ ਵਿੱਚ ਕਿ ਅਕੀਲਾ ਪੱਲਾ ਕਿਦ ਅਕੇਲਾ ਪੱਲਾ ਜਦੋਂ ਅਸੀਂ ਕੋਰਨ ਖਿਚਾਂਗੇ ਦੇਖੋ ਸਭ ਤੋਂ ਵਧੀਆ ਟੈਸਟ ਹੁੰਦਾ ਕਿ ਇਹਦਾ ਜਿਹੜਾ ਕੋਰਨ ਫੜ ਕੇ ਇਹਨੂੰ ਖਿੱਚ ਕੇ ਦੇਖਣਾ ਹੁੰਦਾ ਕਿ ਇਹਦਾ ਐਂਗਲ ਕਿੱਥੇ ਜਾ ਰਿਹਾ ਤੇ ਆਹ ਵਾਲਾ ਆਪਣਾ ਉੱਪਰਲਾ ਪੱਲਾ ਹੈ ਆਹ ਵਾਲਾ ਜਿਹੜਾ ਛੱਲੇ ਵਾਲਾ ਪੱਲਾ ਹੈ ਪਰ ਜੇ ਅਸੀਂ ਇਹਨਾਂ ਦੋਨਾਂ ਨੂੰ ਲੈ ਕੇ ਚੱਲੀਏ ਤਾਂ ਆਪਣਾ ਪੱਲਾ ਜਿਹੜਾ ਆ ਇੰਨਾ ਚੌੜਾ ਹੁੰਦਾ ਦੇਖੋ ਇੰਨਾ ਚੌੜਾ ਬਣ ਜਾਂਦਾ ਠੀਕ ਹੈ ਨਾ ਇਹਨੂੰ ਸੈੱਟ ਕਰਨ ਲਈ ਅਸੀਂ ਪੂਣੀ ਯੂਜ਼ ਕਰਦੇ ਹਾਂ ਜਿਹੜੀ ਪੱਗ ਦੀ ਪੂਣੀ ਹੁੰਦੀ ਪ੍ਰੋਪਰ ਉਹ ਯੂਜ਼ ਕਰਾਂਗੇ ਲਾ ਦੇਖੋ ਦੂਜਾ ਪਾਸਾ ਫੋਲਡ ਪਹਿਲਾਂ ਅਸੀਂ ਉੱਪਰਲੀ ਸਾਈਡ ਫੋਲਡ ਕਰ ਲਈਏ ਸੋ ਆ ਇੱਕ ਗੱਲ ਯਾਦ ਰੱਖਣਾ ਹੋਰ ਕਿ ਜਿੰਨਾ ਸੀ ਪੱਲਾ ਲਾਇਆ ਉਸ ਤੋਂ ਹਾਫ ਦੇ ਵਿੱਚ ਲਾਉਣਾ ਹੁੰਦਾ ਇਹਨੂੰ ਇਦੇ ਵਿੱਚ ਆਪਣੇ ਕੋਲ ਹੁਣ ਦੋ ਆਪਸ਼ਨਸ ਨੇ ਜਿਹੜਾ ਅਸੀਂ ਪੱਲਾ ਲਗਾ ਸਕਦੇ ਹਾਂ ਇੱਕ ਤਾਂ ਇੱਧਰ ਵਿੱਚ ਹਲਕਾ ਡਿੰਪਲ ਪਾ ਕੇ ਤੁਸੀਂ ਇਹਨੂੰ ਸਿੱਧਾ ਵੀ ਲਗਾ ਸਕਦੇ ਹੋ ਜਿਵੇਂ ਤੁਹਾਡੀ ਇੱਛਾ ਹੈਗੀ ਆ ਜਾਂ ਤੁਹਾਡੇ ਨੈਸੈਸਰੀ ਆ ਕਈ ਮੇਰੇ ਵੀਰ ਸਿੱਧਾ ਲਾਣਾ ਪਸੰਦ ਕਰਦੇ ਜਿਵੇਂ ਕਿ ਅਫਸਰ ਰੈਂਕ ਦੇ ਜਿਹੜੇ ਮੇਰੇ ਵੀਰ ਹੁੰਦੇ ਨੇ ਉਹ ਜ਼ਿਆਦਾ ਸਿੱਧਾ ਪੱਲਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਨੇ ਇੱਥੇ ਬੇਜ ਵੀ ਲਾਣਾ ਹੁੰਦਾ ਹੈ ਇੱਕ ਤਾਂ ਹੋ ਗਿਆ ਸਿੱਧਾ ਪੱਲਾ ਦੂਸਰਾ ਜਿਹੜਾ ਤਰੀਕਾ ਆ ਉਹ ਹੈਗਾ ਇਹਨੂੰ ਘੁਮਾ ਕੇ ਲਾਉਣਾ ਐਂ ਇਹਨੂੰ ਘੁਮਾ ਕੇ ਮੋਸਟ ਆਫ ਦਾ ਪੀਪਲ ਨੂੰ ਪ੍ਰੈਕਟਿਸ ਨਹੀਂ ਹੁੰਦੀ ਕਿ ਬਿਨਾ ਪੈਨ ਤੋਂ ਲਗਾ ਸਕਣ ਸੋ ਇਨ ਮੇ ਘਮਾਤਾ ਦਿੱਤਾ ਪਰ ਪਿੰਨਾ ਲਾਵਾਂਗੇ ਸੀ ਇਹਨੂੰ ਪਿੰਨਾ ਪ੍ਰੋਪਰਲੀ ਇਦਾਂ ਪ੍ਰੋਪਰ ਸਿੱਧੀ ਹੋਣੀ ਚਾਹੀਦੀ ਹੈ ਤੇ ਟਿਪਾ ਥੋੜੀ ਹੈਵੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹ ਪਿੰਨਾ ਸਾਡੀ ਵੈਬਸਾਈਟ ਤੋਂ ਆਰਡਰ ਹੋ ਜਾਂਦੀਆਂ ਹੈ ਇਹ ਕਾ ਵੀ ਤਰੀਕਾ ਹੈਗਾ ਵੈਸੇ ਆ ਸਿੱਧਾ ਲਗਾ ਸਕਦੇ ਇਹਨੂੰ ਹਾਂਜੀ ਲਗਾ ਕੇ ਘੁਮਾਇਆ ਸੀ ਇਹਨੂੰ ਪ੍ਰੋਪਰਲੀ ਪੂਰਾ ਮਤਲਬ ਕਿ ਹੈਗਾ 180 ਡਿਗਰੀ ਠੀਕ ਹੈ 360 ਨਹੀਂ ਹੈ 180 ਡਿਗਰੀ ਹੈ ਫਿਟ ਕਰਤਾ ਉਪਰ ਵੀ ਸੈਟ ਕੀਤਾ ਐਂਡ ਹਲਕੀ ਪੱਗ ਜਿਹੜੀ ਆ ਅੱਖਾਂ ਤੋਂ ਉੱਚੀ ਕਰ ਸਕਦੇ ਆ ਅਸੀਂ ਆਪਣੀ ਲੋੜ ਮੁਤਾਬਕ ਹੁਣ ਅਸੀਂ ਸੈਟ ਕਰਨਾ ਹੈ ਸੈਟ ਕਰਨ ਲਈ ਦੋਗਣਾ ਧਿਆਨ ਰੱਖਣਾ ਹੈ ਪਹਿਲੀ ਗੱਲ ਤਾਂ ਇੱਥੇ ਵੱਟਣੀ ਆਣੀ ਚਾਹੀਦੀ ਜਦੋਂ ਅਸੀਂ ਕਹਿੰਦੇ ਆ ਨਾ ਕਿ ਜਿਹੜਾ ਅਸੀਂ ਪੱਲਾ ਲਾਇਆ ਲਾਇਆ ਜਿਹੜਾ ਫਰਸਟ ਪੱਲਾ ਜਿਹੜਾ ਹੈਗਾ ਆ ਜਦੋਂ ਪੂਣੀ ਕਰਦੇ ਆਂ ਤੇ ਜਿਹੜਾ ਹੱਥ ਵਿੱਚ ਪੱਲਾ ਸੀ ਮੇਰੇ ਦੇ ਉਹ ਵਾਲਾ ਪੱਲਾ ਸੀ ਪਹਿਲਾਂ ਰੱਖਣਾ ਉਹਦਾ ਰੀਜ਼ਨ ਇਹ ਵੀ ਹੈਗਾ ਆ ਕਿ ਜਦੋਂ ਅਸੀਂ ਸੇ ਟੱਕਦੇ ਆਂ ਐਦਾਂ ਖੋਲਾਂਗੇ ਨਾ ਇੱਥੇ ਵਾਟ ਨਹੀਂ ਆਣਗੇ ਮੈਂ ਦਿਖਾਉਣਾ ਤੁਹਾਨੂੰ ਆ ਦੇਖੋ ਖੁੱਲੀ ਸਾਈਡ ਹੈ ਸੱਜੇ ਪਾਸੇ ਬੰਨ ਸਾਈਡ ਕਿਹਦੇ ਪਾਸੇ ਆ ਜੇ ਤੁਸੀਂ ਇਹਨੂੰ ਖਿੱਚੋਗੇ ਨਾ ਐਦਾਂ ਤਾਂ ਅੱਗੇ ਵਟੜੀਆਂ ਆਉਣ ਦੀ ਜਿਹੜੀ ਸੰਭਾਵਨਾ ਹੈ ਕਾਫੀ ਜ਼ਿਆਦਾ ਘਟ ਜਾਂਦੀ ਹੈ ਜਦੋਂ ਜਦਸੀਂ ਇਹਨਾਂ ਹੋਰ ਜਿਆਦਾ ਖਿੱਚਦੇ ਹੋ ਤਾਂ ਵਟ ਜਿਹੜੇ ਪੂਰੇ ਨਿਕਲ ਜਾਂਦੇ ਨੇ ਆ ਦੇਖੋ ਨਿਕਲ ਗਿਆ ਪੂਰਾ ਵਟ ਹੁਣ ਅਸੀਂ ਇਹਨੂੰ ਫਿੱਟ ਕਰਨਾ ਸ਼ੁਰੂ ਕਰਾਂਗੇ ਪਹਿਲਾਂ ਇੱਕ ਸਾਈਡ ਤੋਂ ਫਿੱਟ ਕਰਨਾ ਹੈ ਜਿਵੇਂ ਮੈਂ ਲੈਫਟ ਸਾਈਡ ਪਹਿਲਾਂ ਚੁਸ ਕੀਤੀ ਹੈ ਠੀਕ ਹੈ ਜੀ ਤੇ ਕਪੜਾ ਜਿਹੜਾ ਥੋੜਾ ਜਿਹਾ ਬਾਕੀ ਜਿਹੜਾ ਜਿਆਦਾ ਬਚ ਜਾਂਦਾ ਹੈ ਉਹਨੂੰ ਅਸੀਂ ਇੱਥੇ ਲਿਖੇ ਸਕਦੇ ਹਾਂ ਪਿੱਛੋਂ ਟਾਈਟ ਕਰਕੇ ਪਹਿਲਾਂ ਅਸੀਂ ਲੈਫਟ ਸਾਈਡ ਫੋਲਡ ਕਰਾਂਗੇ ਅੰਦਰ ਲਓ ਜੀ ਫਿੱਟ ਹੋ ਗਿਆ ਉਸ ਤੋਂ ਬਾਅਦ ਰਾਈਟ ਸਾਈਡ ਉੱਪਰ ਹੱਥ ਫੇਰਾਂਗੇ ਇਦਾਂ ਹੱਥ ਫੇਰਨਾ ਜ਼ਰੂਰੀ ਹੈ ਐਨ ਹਲਕਾ ਖਿਚਾ ਦਵਾਂਗੇ ਲਓ ਜੀ ਖਿਚਾ ਦਿੱਤਾ ਐਂਡ ਹੁਣ ਪਿਛਲਾ ਪੱਲਾ ਜਿਹੜਾ ਕਿਦਾਂ ਫਿਟ ਕਰਨਾ ਦੇਖੋ ਆ ਪਿਛਲਾ ਪੱਲਾ ਫਟੇ ਕਿ ਫਿਟ ਕਰਨ ਲਈ ਪਹਿਲਾਂ ਤੁਸੀਂ ਆ ਜਿੰਨੇ ਵੀ ਪੱਲੇ ਨੇ ਸਾਰੇ ਇੱਕ ਜਗ੍ਹਾ ਤੇ ਅਲਾਈਨਮੈਂਟ ਸੈੱਟ ਕਰ ਲੈਣੀਆਂ ਇਹਨਾਂ ਦੀ ਇੱਕ ਜਗ੍ਹਾ ਤੇ ਇੱਕ ਸਾਰ ਲੈ ਆਉਣੇ ਆ ਠੀਕ ਹੈ ਜੀ ਦੈਨ ਆਪ ਜੀ ਨੇ ਇਹਨੂੰ ਖੋਲ ਕੇ ਦੋਨੋਂ ਧਾਰੀਆਂ ਅੰਦਰ ਫੋਲਡ ਕਰ ਦੇਣੀਆਂ ਐਂਡ ਉੱਪਰ ਸੈਂਟਰ ਦੇ ਵਿੱਚ ਫਿਟ ਕਰ ਦੇਣਾ ਇਹਨੂੰ ਕੋਰਨਰ ਖਿੱਚ ਕੇ ਹੁਣ ਫਿਟ ਕਰਨ ਦੀ ਟੈਕਨੀਕ ਕੀ ਆ ਸਾਰਾ ਪੱਲਾ ਸੈਂਟਰ ਦੇ ਵਿੱਚ ਫਿੱਟ ਨਹੀਂ ਕਰਨਾ ਇੱਥੇ ਗੱਠਛੀ ਨਹੀਂ ਬਣਾਣੀ ਇਹਨੂੰ ਅਸੀਂ ਬਾਕੀ ਜਿਹੜਾ ਸਾਈਡ ਤੇ ਫਿੱਟ ਕਰਾਂਗੇ ਪਹਿਲਾਂ ਸੈਂਟਰ ਦੇ ਵਿੱਚ ਹਲਕਾ ਜਿਹਾ ਟ੍ਰਾਈਡ ਕਰਕੇ ਬਾਕੀ ਸਾਰਾ ਪੱਲਾ ਲੈਫਟ ਸਾਈਡ ਤੇ ਤੁਹਾਡੀ ਲੈਫਟ ਸਾਈਡ ਤੇ ਠੀਕ ਹੈ ਯਾਦ ਰੱਖਿਓ ਸੋ ਇੱਕ ਮੇਰੀ ਹੋਰ ਬੇਨਤੀ ਆ ਕਿ ਜਦੋਂ ਤੁਸੀਂ ਦਸਤਾਰ ਨੂੰ ਇਹਦਾ ਬੰਨ ਲੇਤਾ ਆ ਠੀਕ ਹੈ ਜੀ ਤੁਸੀਂ ਇੱਕ ਇੱਕ ਪੱਲਾ ਕਰਕੇ ਪੂਰਾ ਸਤਕਾਰ ਨਾਲ ਇਹਨੂੰ ਬੰਨ੍ਹਿਆ ਤੇ ਇਹਨੂੰ ਖੋਲਣਾ ਵੀ ਇੰਨੇ ਸਤਕਾਰ ਦੇ ਵਿੱਚ ਹੀ ਆ ਕਿ ਜਦੋਂ ਤੁਸੀਂ ਇਹਨ ਘਰ ਜਾ ਕੇ ਖੋਲਦੇ ਹੋ ਜਾਂ ਕਹਿ ਲਓ ਕਿ ਰਾਤ ਨੂੰ ਖੋਲਦੇ ਹੋ ਦਸਤਾਰ ਸੌਣ ਤੋਂ ਪਹਿਲਾਂ ਤਾ ਇੱਕ ਇੱਕ ਪੱਲਾ ਇਦਾਂ ਹੀ ਕਰਕੇ ਖੋਲਣਾ ਹੈ ਇਹਨੂੰ ਠੀਕ ਹੈ ਜੀ ਸੋ ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਸਾਰੀ ਵੀਡੀਓ ਨੂੰ ਦੇਖਿਆ ਸੋ ਇਸੇ ਤਰੀਕੇ ਨਾਲ ਤੁਸੀਂ ਆਪਣੀ ਦਸਤਾਰ ਦੇ ਵਿੱਚ ਇੰਪਰੂਵਮੈਂਟ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤੇ ਸ਼ੇਅਰ ਜਰੂਰ ਕਰਨਾ ਤੇ ਜਿਹੜੀ ਇਹਦੇ ਵਿੱਚ ਕੁਝ ਨਵੀਆਂ ਗੱਲਾਂ ਦੱਸੀ ਨੇ ਉਹਨਾਂ ਨੂੰ ਯੂਜ਼ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗਿਆ ਇਹਦੇ ਜਿਹੜੇ-ਘੜੇ-ਘੜੇ ਪੱਲੇ ਨੇ ਥੈਲੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਹੋਏ ਨੇ ਕਿਉਂ ਤੁਸੀ ਟੱਚ ਕਰੋਗੇ ਉਸੇ ਪੱਲੇ ਤੇ ਪਹੁੰਚ ਜਾਗੇ 6 ਦੇ 6 ਪੱਲੇ ਠੀਕ ਹੈ ਜੀ ਇਸੇ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਵੀਡੀਓਜ਼ ਲੈ ਕੇ ਹੁੰਦੇ ਰਵਾਂਗੇ ਹੋਣੀ ਦੇ ਤੱਕ ਲਈ ਸਾਨੂੰ ਦੀ ਇਜਾਜ਼ਤ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ